ਲੁਧਿਆਣਾ ਵਿੱਚ ਆਪਣੇ ਨੇਕ ਕੰਮਾਂ ਲਈ ਮਸ਼ਹੂਰ ਸਮਾਜ ਸੇਵੀ ਅਮੋਲ ਕਵਾਤਰਾ ਅਤੇ ਉਹਨਾਂ ਦੇ ਪਿਤਾ ਨਾਲ ਕੁੱਟਮਾਰ ਕਰਨ ਵਾਲੇ ਦੋ ਕਾਂਗਰਸੀਆਂ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰਕੇ ਉਹਨਾਂ ਨੂੰ ਇੱਕ ਘੰਟੇ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ। ਅਲਮੋਲ ਕਵਾਤਰਾ ਵੱਲੋਂ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਆਪਣੇ ਨਾਲ ਹੋਈ ਕੁੱਟਮਾਰ ਦੀ ਕਹਾਣੀ ਬਿਆਨ ਕੀਤੀ ਗਈ ਸੀ, ਜਿਸ ਤੋਂ ਬਾਅਦ ਉਹਨਾਂ ਦੇ ਚਾਹੁਣ ਵਾਲੇ ਵੱਖ ਵੱਖ ਥਾਵਾਂ ਤੋਂ ਲੁਧਿਆਣਾ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਗਏ ਸਨ। ਲੋਕਾਂ ਦੀ ਭੀੜ ਦੇਖ ਕੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਆਨੰਦ ਫਨ ਵਿੱਚ ਮੁਕੱਦਮਾ ਦਰਜ ਕਰਕੇ ਕਾਂਗਰਸੀਆਂ ਦੀ ਗ੍ਰਿਫਤਾਰੀ ਵੀ ਦਰਸਾ ਦਿੱਤੀ ਗਈ। ਦੱਸ ਦਿੰਦੇ ਹਾਂ, ਅਨਮੋਲ ਕਵਾਤਰਾ ਨੇ ਰੋ ਰੋ ਕੇ ਆਪਣੀ ਅਤੇ ਆਪਣੇ ਪਿਤਾ ਨਾਲ ਹੋਈ ਕੁੱਟਮਾਰ ਦੀ ਕਹਾਣੀ ਬਿਆਨ ਕੀਤੀ ਸੀ। ਨਾਲ ਹੀ ਉਹਨਾਂ ਦੇ ਕੱਪੜੇ ਵੀ ਦੋਸ਼ੀਆਂ ਵੱਲੋਂ ਫਾੜ ਦਿੱਤੇ ਗਏ ਸਨ। ਕੀ ਸੀ ਪੂਰੀ ਕਹਾਣੀ, ਆਓ ਸੁਣਦੇ ਹਾਂ ਅਨਮੋਲ ਕਵਾਤਰਾ ਦੇ ਮੂੰਹੋਂ। ਸੁਣੋ ਯਾਰ, ਬਾਜੀ ਬਾਜੀ ਇਹਨਾਂ ਤੇ ਪਰਚਾ ਹੋ ਗਿਆ FIR ਨੰਬਰ 42/19/2019 ਦਰੇਸੀ, ਥਾਣਾ ਨੰਬਰ ਥਾਣਾ ਦਰੇਸੀ, ਡੇਟ ਹੈਗੀ 19/5 ਅੱਜ ਦੀ 19 ਤੇ ਦੋ ਅਕਿਊਜ਼ਡ ਜਿਹੜੇ ਆ ਪੁਲਿਸ ਨੇ ਅਰੈਸਟ ਕਰ ਲਏ, ਉਹਨਾਂ ਦਾ ਨਾਮ ਦੱਸੋ। ਮੋਹਿਤ ਰਾਮਪਾਲ ਤੇ ਟੋਨੀ FIR ਨੰਬਰ 42। ਮੈਂ ਇਹ ਵੀਰਾਂ ਨੂੰ ਇਹ ਨਹੀਂ ਕਹੂੰਗਾ ਕਿ ਪੁਲਿਸ ਜੀ ਅਗਰ ਮੈਨੂੰ ਕੁਛ ਹੁੰਦਾ ਤਾਂ ਇਹ ਜ਼ਿੰਮੇਦਾਰ ਨੇ, ਮੈਂ ਇਹ ਕਹੂੰਗਾ ਕਿ ਜੇ ਮੈਨੂੰ ਕੁਛ ਹੁੰਦਾ ਤਾਂ ਸਾਹਮਣਾ ਤੁਸੀਂ ਆ, ਠੀਕ ਹੈ। ਘਬਰਾਉਣਾ ਨਹੀਂ, ਇਹ ਦੇਸ਼ ਇਤਿਹਾਸ ਹੈ। 1947 ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਸੀ ਨਾ ਬਾਈ, ਉਦੋਂ ਜਦੋਂ ਵੀ ਭਗਤ ਸਿੰਘ ਦੇ ਸਾਥੀ ਸੀ ਉਹਨਾਂ ਦੇ ਬਹੁਤ ਗਰਮ ਖੂਨ ਸੀ, ਤਾਂ ਹੀ ਸੁਲੀ ਜਿਹੜੇ ਸੀ ਉਹਦੇ ਵੀ ਦਿਲ 'ਚ ਆਈ ਸੋਚ ਸੀ, ਉਹਨਾਂ ਬਚਣਾ ਨਹੀਂ ਚਾਹੁੰਦਾ ਸੀ। ਜਦੋਂ ਅੱਜ ਮੈਂ ਭੀੜ 'ਚ ਸੀ, ਮੈਨੂੰ ਸੀਗਾ ਮੈਂ ਪਤਾ ਨਹੀਂ ਜਿੰਦਾ ਜਾਊਂਗਾ ਕਿ ਨਹੀਂ ਜਾਊਂਗਾ, ਮੈਨੂੰ ਇਹ ਸੀ ਕਿ ਮੇਰੀ ਜਾਨ ਮਗਰੋਂ ਮੇਰੀ ਜਾਨਾਂ ਜਿਹੜੀਆਂ ਹੈਗੀਆਂ ਸਾਂਭ ਲੈਣ। ਅੱਜ ਜਿੰਨੇ ਜਿੰਨੇ ਬੰਦੇ ਪੂਰੀ ਦੁਨੀਆ ਦੇ ਵਿੱਚੋਂ ਜਿਹੜੇ ਆਏ, ਮੈਂ ਸਾਰੀ ਜ਼ਿੰਦਗੀ ਪਤਾ ਨਹੀਂ ਰੱਬ ਦੇ ਅੱਗੇ ਮੱਥਾ ਟੇਕਾਂਗਾ ਕਿ ਨਹੀਂ ਟੇਕਾਂਗਾ, ਤੁਹਾਡਾ ਕਰਦ ਨਹੀਂ ਲਾ ਪਾਵਾਂਗਾ। ਔਰ ਇਹ ਪਰਚਾ ਹੋਇਆ ਵੀ ਤੁਹਾਡੇ ਕਰਕੇ ਹੈ, ਠੋਕ ਕੇ ਕਹਿੰਦਾ। ਔਰ ਇੱਕ ਘੰਟੇ 'ਚ ਅਰੈਸਟ ਹੋਈ ਆ ਦੋ ਬੰਦਿਆਂ ਦੀ, ਇੱਕ ਘੰਟੇ 'ਚ। ਜੇ ਇੱਦਾਂ ਨਹੀਂ ਕਦੇ ਹੋਇਆ, ਜੇ ਤੁਸੀਂ ਨਾ ਆਉਂਦੇ ਨਾ ਤੁਹਾਡਾ ਭਰਾ ਜ਼ੀਰੋ ਸੀ। ਔਰ ਇਨਸਾਨੀਅਤ ਤੇ ਚਪੇੜਾ ਨਹੀਂ ਕਹੂੰਗਾ, ਇਨਸਾਨੀਅਤ ਤੇ ਥੱਪੜ ਸੀ। ਇਹ ਦੋਨਾਂ ਬੰਦਿਆਂ ਕੋਲ ਬਹੁਤ ਰੁਪਈਆ, ਇਹਨਾਂ ਬੰਦਿਆਂ ਨੇ ਮੇਰੇ ਨਾਲ ਕੀ ਕੁਛ ਕੀਤਾ ਮੈਂ ਤੁਹਾਨੂੰ ਹੁਣ ਜੇ ਜ਼ਿਆਦਾ ਬੋਲੂੰਗਾ ਤਾਂ ਲੋਕਾਂ ਨੇ ਕਹਿਣਾ ਸਟੰਟ ਹੈ। ਫਿਰ ਵੀ ਮੈਂ ਕਹਿੰਦਾ ਇਹ ਪੋਲੀਟੀਕਲ ਮੁੱਦਾ ਨਹੀਂ ਹੈਗਾ, ਮੈਂ ਪੋਲੀਟੀਕਲ ਮੁੱਦੇ ਦਾ ਜ਼ੁਬਾਨ ਤੇ ਨਾਮ ਨਹੀਂ ਲਿਆਉਂਦਾ। ਅੱਜ ਲੁਧਿਆਣੇ ਦੀ ਹਰ ਪਾਰਟੀ ਦੇ ਬੰਦੇ ਉੱਥੇ ਆ ਕੇ ਬੈਠੇ, ਹਰ ਪਾਰਟੀ ਦੇ, ਉਹਨਾਂ ਨੂੰ ਦੇਖ ਕੇ ਮੇਰੇ ਦਿਲ ਦੇ ਵਿੱਚੋਂ ਜੋ ਆਵਾਜ਼ ਨਿਕਲੀ ਨਾ, ਕੱਲ ਤੋਂ ਸੇਵਾ ਨਹੀਂ ਬੰਦ ਹੋਊਗੀ। ਦੱਸ ਦਈਏ ਅਨਮੋਲ ਕਵਾਤਰਾ ਅਤੇ ਉਹਨਾਂ ਦੇ ਪਿਤਾ ਦੇ ਨਾਲ ਵੋਟਿੰਗ ਤੋਂ ਬਾਅਦ ਕੁਝ ਲੋਕਾਂ ਨੇ ਕੁੱਟਮਾਰ ਕੀਤੀ ਸੀ ਅਤੇ ਉਹਨਾਂ ਦੇ ਕੱਪੜੇ ਫਾੜ ਦਿੱਤੇ ਗਏ ਸਨ, ਪਰ ਇਸ ਮਾਮਲੇ ਵਿੱਚ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ, ਜਿਸ ਤੋਂ ਬਾਅਦ ਅਨਮੋਲ ਕਵਾਤਰਾ ਨੇ ਮੋਰਚਾ ਖੋਲਦੇ ਹੋਏ ਆਪਣੇ ਫੈਨਸ ਦੇ ਨਾਲ ਧਰਨਾ ਲਗਾ ਦਿੱਤਾ ਸੀ। ਇਸ ਮੌਕੇ ਅਨਮੋਲ ਕਵਾਤਰਾ ਦੇ ਨਾਲ ਹੋਰ ਵੀ ਕਈ ਸਮਾਜ ਸੇਵੀ ਜੁੜ ਗਏ ਅਤੇ ਉਹਨਾਂ ਨੇ ਵੀ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਸਨ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 92563 92563।